ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਬਾਈ, ਮਸ਼ੀਨ ਆਪਣੀ ਗਈ ਅੱਜ, ਚੌਥਾ ਦਿਨ ਹੈ ਅਤੇ ਤੂੜੀ ਵਾਲੀ ਹਲੇ ਇੱਥੇ ਹੀ ਖੜ੍ਹੀ ਆ। ਇਹਦੇ ਬੈਰਿੰਗ ਖਰਾਬ ਹੋ ਗਏ, ਪੱਖੇ ਵਾਲੇ, ਉਹ ਮੈਂ ਲਿਆ ਕੇ ਦਿੰਦਾ। ਇਕੱਲਾ ਬੰਦਾ ਕਿੱਧਰ ਕਿੱਧਰ ਹੋਵੇ, ਪਹਿਲਾਂ ਉਹਦੇ ਅੱਜ ਸਰਵਿਸ ਕਰੀ ਸਵੇਰੇ। ਨਿੰਦਰ ਵੀ ਲੇਟ ਹੋ ਗਿਆ, ਬਹੁਤ ਲੇਟ ਆਇਆ ਇਹ 7:30 ਵਜੇ। ਫਿਰ ਸਰਵਿਸ ਕਰਕੇ ਜਾਂ ਸਟਾਰਟ ਕਰੀ, ਦੇਖਿਆ ਪਾਣੀ, ਉਹ ਵਾਟਰ ਬਾਡੀ ਦਾ ਪਾਣੀ ਲੀਕ ਆ। ਵਾਟਰ ਬਾਡੀ ਠੀਕ ਆ, ਉਹਦੇ ਨੀਚੇ ਵਾਲੇ ਉਹਦੇ 'ਚੋਂ ਲੀਕ ਹੋਣ ਲੱਗ ਗਿਆ। ਚਲੋ ਹੁਣ ਅਸੀਂ ਫਿਰ ਹਲਦੀ ਹੁਲਦੀ ਪਾ ਕੇ ਅਤੇ ਪਾਣੀ ਪੂਣੀ ਪਾ ਕੇ ਚਲਾ ਕੇ ਦੇਖੀਆ, ਕੈਨ ਰੱਖੀ ਉਹਦੇ ਵਾਸਤੇ 20 ਲੀਟਰ ਦੇ ਉੱਪਰ। ਮੈਂ ਕਿਹਾ ਦੇਖੋ, ਨਹੀਂ ਤਾਂ ਅੱਜ ਫਿਰ ਪੱਟੀਏ ਜਿਹੜਾ ਸਮਾਨ, ਨਹੀਂ ਅੱਜ ਰਾਤ ਨੂੰ ਪੱਟਦੇ ਹਾਂ ਇਹਨੂੰ, ਕਰਦੇ ਹਾਂ। ਗਰਮ ਬਿਲਕੁਲ ਵੀ ਨਹੀਂ ਹੋਈ ਕੱਲ੍ਹ, ਰਾਤੋਂ ਰਾਤ ਪਤਾ ਨਹੀਂ ਖੜਾਏ ਤੋਂ ਬਾਅਦ ਪਾਣੀ ਪੂਣੀ 'ਚ ਆਉਣ ਲੱਗ ਗਿਆ ਉਹਦਾ। ਫਿਰ ਹੁਣ ਦੇਖੂੰਗੀ ਅੱਜ ਸ਼ਾਮ ਨੂੰ, ਅਤੇ ਗਈ ਹੋਈ ਆ ਮਸ਼ੀਨ ਉਹਨਾਂ ਦੀ, ਰੋਟੀ ਰੁਟੀ ਵੀ ਹੁਣ ਮੈਂ ਲੈ ਕੇ ਚੱਲਿਆ ਅੱਗੇ ਖੜਾ ਕੇ ਭੇਜਦਾ ਇੱਥੇ ਸਾਜਰੀ। ਅੱਜ ਮਿਲੋ ਪਹਿਲਾਂ ਇੱਧਰ ਭੰਗੂ ਨੂੰ, ਭੰਗੂ ਵੀ ਆਇਆ ਹੋਇਆ ਸੀ। ਦੂਜੀ ਟਰਾਲੀ ਲੈ ਕੇ ਆਏ, ਇੱਕ ਹੋਰ ਜਿਹੜੀ, ਇੱਕ ਤਾਂ ਇਹ ਕਾਫੀ ਬੜੀ ਆ, ਇੱਕ ਹੋਰ ਲੈ ਕੇ ਆਏ ਆ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਹੋਰ ਸੁਣਾ ਭੰਗੀ? ਬਸ ਵਧੀਆ ਜੀ। ਇਹਨਾਂ ਨੇ ਵੀ ਛਾਵੜ ਤੋੜੀ ਵੀ ਆ, ਛਾਵੜ ਠੀਕ ਕਰਾ ਰਹੇ ਭੰਗੂ ਨਾਲ ਹੀ, ਤਰਲੋਜਨ ਕੋ ਦਿੱਤੀ ਵੀ ਆਈ ਛਾਵੜ ਕਰਾ। ਚੱਲ ਇੰਨੇ ਵਿਹਲਾ ਹੀ ਆ ਜਾ, ਆਪਾਂ ਟਰਾਲੀ ਟਰੂਲੀ ਲਈਏ ਹੁਣ। ਆਪਾਂ ਤੇ ਜਾਲ ਤਾਂ ਨਹੀਂ ਰੱਖੋ ਹੁਣ, ਜਾਲ ਤਾਂ ਰੱਖ ਵੀ ਹੋ ਜਾਏਗਾ, ਦੋ ਜਣਾ ਤੇ ਨਹੀਂ ਰੱਖੋ। ਅਸੀਂ ਦੋਵਾਂ ਨੇ ਰੱਖ ਲਿਆ ਤਾਂ ਮੈਂ ਯਾਰ ਤੰਤ ਨੇ, ਇਹ ਹੁਣ ਟੇਡਾ ਪਿਆ ਨਾ ਹੇਠਾਂ ਕਰਾ, ਦੋ ਤੁਸੀਂ ਪਿੱਛੇ ਰੱਖਿਆ ਵਾ ਨਾ, ਇੱਕ ਸੁੱਤਾ ਫਸਿਆ ਵਾ ਨਾ, ਸਿੱਧੇ ਪਏ ਤੇ ਸਾਡੇ ਫਰੈਸ਼ਰ ਦੇ ਪਿੱਛੇ ਪਿਆ ਨਾ, ਉਹ ਚੱਕਰ ਆ, ਹੋਰ ਕੋਈ ਉਹ ਨਹੀਂ। ਇਹਦੇ ਕੱਲ ਨੂੰ ਸਵੇਰੇ ਜਾਂ ਫਿਰ ਸ਼ਾਮ ਨੂੰ ਟਾਈਮ ਫਿਰ ਕਰਦੇ ਹਾਂ, ਠੀਕ ਹੈ ਨਾ। ਤੇ ਬਾਈ ਭੰਗੂ ਦਾ ਵੀ ਚੈਨਲ ਆ, ਤੇ ਭੰਗੂ ਅਰਸ਼ ਭੰਗੂ ਬਲੌਗਸ, ਇਹਦੇ ਚੈਨਲ ਨੂੰ ਵੀ ਬਾਈ ਸਪੋਰਟ ਕਰਿਓ। ਆ ਰਿਹਾ ਬਾਈ ਚੈਨਲ ਆਪਣਾ, ਸਰਚ ਕਰ ਲਿਓ, ਆ ਜਾਣਾ ਮੂਹਰੇ ਹੀ। ਹਾਂ, ਅੱਖਰ ਪੁੱਠੇ ਆ ਰਹੇ ਆ, ਵੈਸੇ ਸ਼ਾਇਦ ਉੱਧਰ ਵੀਡੀਓ 'ਚ ਸਹੀ ਆ ਜਾਵੇ ਕੁਛ, ਕਹਿ ਲਓ ਅਰਸ਼ ਭੰਗੂ ਬਲੌਗਸ, ਇਹਦੇ ਚੈਨਲ ਨੂੰ ਵੀ ਬਾਈ ਸਪੋਰਟ ਕਰਿਓ। ਮੁੰਡਾ ਬਹੁਤ ਹੀ ਮਿਹਨਤ ਕਰਦਾ ਹੈ। ਬਾਕੀ ਰੋਟੀ ਲੈ ਕੇ ਚੱਲਦੇ, ਇਹਦਾ ਵੀ ਸ਼ਬਦ ਟੁੱਟ ਗਈ, ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਸੀਜ਼ਨ 'ਚ, ਤੇ ਚੱਲਦੀ ਮਸ਼ੀਨਰੀ ਦਾ ਤਾਂ ਹੁੰਦਾ ਹੀ ਆਪਣਾ ਬੋਤਾ। ਤੇ ਹੁਣ ਉਹਦੇ ਫਿਰ ਮੈਂ ਉਹਦੇ ਬਾਅਦ ਉਹਨੂੰ ਰੋਟੀ ਖਵਾ ਕੇ ਆਪ ਹੁਣ ਮਸ਼ੀਨ ਚਲਾਉਂਗਾ, ਫਿਰ ਬੈਰਿੰਗ ਬੁਰੂੰਗ ਲੈ ਕੇ ਆਉਂਦਾ ਉਹਦੇ ਨਾਲੇ। ਅੱਜ ਮੈਨੂੰ ਇੱਕ ਦੋ ਕੰਮ ਜੇ ਹੋਰ ਆ ਬੰਦਿਆਂ ਨੂੰ ਵੀ, ਆਪਣੇ ਨੂੰ ਜਿਹੜੇ ਗੁਰਪ੍ਰੀਤ ਨਾਲ, ਉਹ ਵੀ ਇਹਨਾਂ ਨੇ ਵੀ ਲੇਟ ਹੋ ਜਾਣਾ, ਮੈਂ ਚੱਲ ਇੰਨੇ ਨੂੰ ਮੈਂ ਇਹਦਾ ਕੰਮ ਕਰਾ ਦਿੰਦਾ। ਚੱਲ ਤਾਂ ਸਕਦੇ ਹਾਂ ਪਰ ਆਵਾਜ਼ ਕਰੂਗੀ ਹੋਰ, ਹਨਾ, ਇਹਦੇ ਨਾਲ ਬਦਲ ਨਹੀਂ ਚੰਗੇ ਆ। ਆਪਣੇ ਵੀ ਖਰਾਬ ਕਰਦੇ ਆ, ਤੋੜ ਕੇ ਰੱਖਦੀ ਸ਼ਬਦ, ਛੱਤਾਂ ਲਾਉਂਦੇ ਦੇਖ ਲਾ, ਸ਼ਬਦ ਤੜਵਾ ਲਈ, ਕਰਦਾ ਫੁਕਰ ਬਣਾ ਬੈਰਿੰਗ ਦਾ, ਉਹ ਹੋ ਗਿਆ ਉਹ ਬੈਰਿੰਗ ਸ਼ਰਤ ਨਾਲ ਥੋੜਾ ਟੁੱਟਣਾ ਇਹਦੇ, ਹੋਰ ਕਿਆ। ਆ ਦੇ ਆ ਦੇ ਆ ਦੇ ਆ ਦੇਖੋ ਬਾਈ, ਮੁੰਡਾ ਕਰਦਾ ਗਨਾਸੇ, ਗਨਾਸਿਆਂ ਨੂੰ ਡਿਊਟੀ ਲੱਗੀ ਬਾਈ, ਲੱਗੀ ਗਨਾਸਿਆਂ ਨੂੰ ਡਿਊਟੀ, ਫਰੈਸ਼ਰ ਵਾਲੇ ਪੌਂਚਿਆਂ ਵਾਲੇ, ਫਰੈਸ਼ਰ ਵਾਲੇ ਗਨਾਸਿਆਂ ਨੂੰ ਲੱਗ ਗਏ ਬਾਈ। ਕਰੀ ਹੁਣ ਛੇਤੀ ਕੱਢ ਲਾ, ਮੈਂ ਆਪਣੇ ਨਾਲ ਫੈਸ਼ਨ ਲੈ, ਉਹ ਆਪਾਂ ਨੇ ਬੈਰਿੰਗ ਪਾਉਣੇ ਆ, ਹਾਂ ਨਾ ਦੂਈ ਤੂੜੀ ਵਾਲੀ। ਕਿੰਨੇ ਵਜੇ? ਮੈਂ ਆ ਜਾਣਾ ਉਸ ਟਾਈਮ, ਮੈਨੂੰ ਕੋਈ ਚੱਕਰ ਨਹੀਂ ਹੈਗਾ। ਹੈਂ, ਹਾਂ 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 ਹਾਂ, ਕੱਢ ਲੈ ਕੱਢ ਲੈ। ਅੱਛਾ ਜੀ, ਪਿੰਡ ਦੇ ਨਾਲੇ ਆਪਣੇ, ਅੱਜ ਇੱਥੇ ਹੀ ਚੱਲਣੇ ਆ ਭੋ ਵਾਲ ਸਾਰ, ਇੱਧਰ ਹਵਾ ਵੀ ਚੱਲੀ ਜਾਂਦੀ ਆ ਦੇਸ਼ ਜੀ, ਸ਼ਰਮੇਲੀ ਕੜੀ ਆ ਸਾਡੀ, ਸ਼ਰਮੇਲੀ। ਲਓ ਬਾਈ, ਇੱਧਰ ਪੋਵਾਲ ਆ ਗਏ, ਇੱਧਰ ਪਹੁੰਚ ਗਏ, ਅਤੇ ਮੈਂ ਚੱਲਿਆ ਉਹਦੀ ਵਾਟਰ ਬਾਡੀ ਲੀਕ ਹੋ ਗਈ ਮਸ਼ੀਨ ਦੀ, ਉਹ ਲੈਣ, ਅਤੇ ਦੂਏ ਦੇ ਬੈਰਿੰਗ ਲੈਣ, ਅਤੇ ਇੱਧਰ ਸੁੱਖਾ ਖੜਿਆ, ਸੁੱਖੇ ਦਾ ਟਰੈਕਟਰ ਤਿਆਰ ਪਰ ਤਿਆਰ, ਸੁੱਖੇ ਦੀ ਬੈਟਰੀ ਗੋਲਡੀ, ਉਹ ਤੇ ਬੈਠ ਨਹੀਂ ਹੁੰਦਾ ਸੁੱਖੇ, ਕਿਆ ਯਾਰ ਬੰਦਾ ਉਸਨੂੰ ਉਹੀਓ ਭਜਾਈ ਜਾਂਦਾ, ਤੂੰ ਉਹੀਓ ਡਰਾਈ ਜਾਂਦਾ, ਤੇਰੇ ਤੇ ਡਰਦਾ ਨਹੀਂ ਗੋਲਡੀ ਉਰੇ ਆ ਓਏ, ਆ ਦੇਖਿਆ ਇਹਦੇ ਕਿਸੇ ਦੇ ਮੁੰਡੇ ਆ, ਦੇਖਿਆ ਦੇਖ ਹੁਣ ਦੱਸ, ਨਿੰਮੇ ਦੱਸ, ਨਿੰਮੇ ਦੱਸੀ
ਕਿਹਦਾ ਕਸੂਰ ਦੱਸ ਹੁਣ ਮੈਂ ਸੱਚ ਬੋਲਿਆ ਕਿ ਝੂਠ ਇਹਨੂੰ ਸੁਖੇ ਆ ਆ ਕਹਿ ਲਾਉਣ ਲੱਗਾ ਤੁਸੀਂ ਕਿੰਨੇ ਵਜੇ ਗਏ ਆ ਕਹਿ ਲਾਉਣ ਲੱਗਾ ਇਹਦਾ ਫੀਡ ਦੀ ਫੈਕਟਰੀ ਬਣਦੀ ਆ ਆ ਫੀਡ ਦੀ ਫੈਕਟਰੀ ਅੱਛਾ ਅੱਛਾ ਮੇਰੀ ਗੱਲ ਤਾਂ ਸੁਣ ਹਾਂ ਤੁਸੀਂ ਕਿੰਨੇ ਘੰਟੇ ਲੇਟ ਹੁਣ ਗੋਲਡੀ ਨੂੰ ਪੁੱਛ ਲਾ ਪਹਿਲਾਂ ਇਹ ਉਰੇ ਡਿੱਕੀ ਆ ਬਾਈ ਗੋਲਡੀ ਭਗਤ ਬੰਦਾ ਮੇਰਾ ਆੜੀ ਆ ਗੋਲਡੀ ਆ ਕੇ ਆਇਆ ਇਹ ਜਾਣਦੇ ਤੁਸੀਂ 9 ਵਜੇ ਕਹਿੰਦੇ ਤੇ ਆ ਦੇਖ ਲੈ 9 ਹੁਣ ਤੇ ਦੇਖੋ ਗੋਲਡੀ ਮੇਰਾ ਆੜੀ ਆ ਗੋਲਡੀ ਕੀ ਹਾਲ ਆ तू मेरी गल कल मेरे नाल चार बार हाथ मिलाया हुण तू मेरे नाल खड़ा एक बार भी हाथ नहीं मिलाया गल क्या है पहले मैनू ऐ दस हैं ओहो ऐ दस तू मेरी गल सुन रोपड़ तो समान लेके आए कबैरिंग लेके आए टी आर दे तूड़ी वाली वास्ते तो उहदे वास्ते लेके आए वाटर बाडी तो 6000 का समान आ गया यही देख लो दो चीज़ा दो बैरिंग ओह बिद होजिंग इधर आह लाल हिनों की वाटर बाडी 6000 रुपया मंगा महंगी बहुत हो गई तो हूँ पवाने तो वह रात में खोल के पाऊंगे तो बैरिंग पवादा हूँ मशीन हाले इतनी कड़ी गुरप्रीत भी नहीं पहुँचे हाले वह भी कितने कम गया हो सुखबीर भी कम गया हो चलो मैं क्या चलो इन्हें आप पवाना मैं तरलोचन को आ गई तो इधरला बैरिंग खराब है मैं परला हिलाए पर इधरला ज्यादा ढीले दिखाता दिखाता परला ये करके है ना लग गया जी तरलोचन काम अपने लाइट नहीं है इन्हें भी ता ही आंदा ही सामभ लिया कहता आंदा ही मरीज सामभ लिया इन्हें एमरजेंसी वाला ही काम हो गया ये तो एमरजेंसी वाला ही काम हो गया है डॉक्टर इधर बिजी होंगे सामभ नहीं होंगे हाँ तो कल इधर लगे मैं इन्हू अपने ट्रैक्टर खड़िया वह खड़िया इतनी तो मैं जाके आवा इतने मैंने छड़ गया अपना मशीन को रोटी खिला देव यार दोपहर की रोटी का टाइम हो गया बदे हो गया 2 बज गए रोटी खानी अंदर आई हाँ रोटी लेके जानी के छड़ने का नू? ना ठीक है काम नटाला है ना बैरिंग बाहर दिखता नहीं रहा मेन भी आ रहा है प्लेट आ रही है पिछे हिलिया है चारे बराबर कसना लो भाई आज चल दी अपने इधर आ गया भोवाल तो बाद आप जाना फिर राजी भाई दे पार उत्थी आ गया जिथे फुला जगह ते भाई जेड़ा उधर कल परसों मेरा फोन गिरे था मुंडे ने चक के फड़ाया था कहना फोन गिर गया था चिन्ना हो रहे सलाह मैं चिन्ह मैं उपर बोतल पई है ठंडे की जाओ जाओ ठंडा पी लिया जाके चिन्ना कहना था फोन फड़ा नहीं था कहना हां ठंडे की बोतल बोतले कहा मैं कह जा ले जा अच्छा 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 ठीक है मैं चलाना हूँ वो आ गई मशीन लो भाई मिलो राजी भाई नीकाल जी हम आजी भाई दे जाना था मैं तैयारी कर लग्या था इन्हे फिर मोड़ लिया कहना अगला गेड़ा ला के फिर चढ़ी रोटी खा लूंगी फिर भाई है अच्छा, मन लगा रुमाल करता चढ़ता फिर रुमाल मन लिया फिर मैं करदा मन हो सुना भाई कि झाड़ झूड़ रहा झाड़ कल 15 क्विंटल 60-65 किलो बस 15.5 ਉਹ ਵੀ ਬਾਈ ਤੇਰਾ ਉਧਰ ਰੇਤੇ ਕਰਕੇ ਹੈਗਾ ਦਾਣਾ ਠੀਕ ਦਾ ਚਲ ਕੁਝ ਵੀ ਲਾ ਲਾ ਵੀ ਜੋ ਮਤਲਬ ਨਿਕਲੇ ਆਪਾਂ ਤੈਨੂੰ ਸਹੀ ਦੱਸਤਾ ਠੀਕ ਨਹੀਂ ਗੱਲ ਸਹੀ ਗੱਲ ਹੈ ਸਹੀ ਗੱਲ 125 ਕੁਇੰਟਲ ਹੋਈ 8 ਕਿੱਲਿਆਂ ਦੀ ਹਾਂ ਹੁਣ ਜਿਹਨੇ ਲਾਉਣਾ ਹਿਸਾਬ ਤਾਂ ਲਾਈ ਜਾਏ ਉਹ ਵੀ ਕਿੰਨੀ ਹੋ ਗਈ ਸਹੀ ਗੱਲ ਹੈ ਸਹੀ ਨਹੀਂ ਹਾਂ
ਆਪਣਾ ਟਰਾਲਾ ਹੀ ਸੀਗਾ ਲਾ ਬਾਈ ਇੱਕ ਮਸ਼ੀਨ ਹੋਰ ਆ ਗਈ ਹੈ ਤੇਰੇ ਵਾਲੇ ਟਰਾਲੇ ਵਿੱਚ ਦੀ ਭਰਿਆ ਪੂਰਾ ਨਹੀਂ ਭਰਿਆ ਤਾਂ ਹਲੇ ਵੀ ਪੈ ਜਾਣੀ ਦੀ ਉੱਚ ਯਾਰ ਜਿਹੜਾ ਬਰੀਕ ਦਾਣਾ ਨਾ ਗਲੇ ਉਹ ਜੀ ਤਾਂ ਜਰੌਲਾ ਦੀ ਪਿਆ ਬਾਈ ਕਰੋੜਾ ਪਿਆ ਹੋਇਆ ਹਾਂ ਉਹ ਕਿਆ ਉਹਦਾ ਹੀ ਆ ਉਹਦਾ ਹੀ ਯਾਰ ਫੇਰ ਸਾਡੀ ਵਿਕੂਗੀ ਨਹੀਂ ਵਿਕਗੀ ਬਾ ਕਰਤੀ ਹੜਤਾਲ ਖੋਲਦੀ ਅੱਜ ਨਹੀਂ ਸਾਡੀ ਵਿਕੂਗੀ ਨਹੀਂ ਸਾਡੀ ਹਈਓ ਜੀਰਾ ਵਿਕੂਗੀ ਨਹੀਂ ਤੂੰ ਮੇਰੇ ਕੋਲ ਲਿਆ ਜੰਨੀ ਤੇਰੀ ਹੈਗੀ ਸਾਰੀ ਵੇਚ ਦੂੰਗਾ ਬਸ ਨਾ ਕਿਆ ਚੱਕਰ ਆ ਕਹਿੰਦੇ ਜੀਰਾ ਨਹੀਂ ਵੇਚਣਾ ਬਲਾਣਾ ਉਹ ਯਾਰ ਉਹ ਪਤਾ ਵੇਚਣ ਦੀ ਗੱਲ ਨਹੀਂ ਹੈਗੀ ਨਾ ਖਰੀਦਣ ਦੀ ਗੱਲ ਆ ਹਾਂ ਪੰਗਾ ਹੈਗਾ ਕੀ ਕਹਿੰਦੇ ਹੁੰਦੇ ਆ ਵੀ ਸੈਂਟਰ ਸਰਕਾਰ ਬਾਅਦ ਚ ਸਰਕਾਰ ਤੋਂ ਨਹੀਂ ਖਰੀਦਦੀ ਉਹ ਅੱਛਾ ਹਾਂ ਉਹਦਾ ਵੀ ਹੁਣੇ ਰਿਲੈਕਸੇਸ਼ਨ ਦੇ ਦੇਣੀ ਵੀ ਸਾਡੇ ਆ ਪ੍ਰੋਬਲਮ ਆਈ ਹੋਈ ਆ ਠੀਕ ਤਾਂ ਰੋਕਿਆ ਤਾਂ ਉਹਨਾਂ ਨੇ ਹਾਂ ਉਹ ਰੋਕਿਆ ਕਿ ਚੱਲ ਪਿਆ ਕੰਮ ਉਹ ਤਾਂ ਸਵੇਰੇ ਰੋਕੀ ਦੁਪਹਿਰ ਨੂੰ ਖੁੱਲ ਵੀ ਗਿਆ ਕੰਮ ਠੀਕ ਬਾਈ ਵਿਕ ਜੂਗੀ ਜੀਰਾ ਵੀ ਵਿਕ ਜੂਗਾ ਸਾਡਾ ਸਭ ਕੁਝ ਵਿਕੂਗਾ ਵੀਰ ਜੀਰਾ ਹਾਂ ਜੀਰਾ ਤਾਂ ਉਈਓ ਮਹਿੰਗਾ ਏ ਜੀਰੇ ਦਾ ਪੱਖਾ ਕੱਢ ਕੇ ਬਾਹਰ ਮਾਰਦਾ ਮੇਰੇ ਸਾਡੀ 5 ਕੁਇੰਟਲ ਕੱਢਦੀ ਬਾਹਰ ਲੈ ਹਾਂ ਚਲੋ ਫੀਡ ਵਾਲੀ ਫਿਰ ਆਪਾਂ ਫੈਕਟਰੀ ਫੇਰ ਬਣਾ ਦੀ ਉੱਪਰ ਚੜਾ ਦੇ ਲੈ ਆ ਗਿਆ ਪਕਾਹਾ ਪਕਾਹਾ ਆ ਗਿਆ ਇੱਕ ਹੋਰ ਹੋਰ ਦੇ ਸਾਹਿਬ ਕੀ ਹਾਲ ਚਾਲ ਏ ਕਰਮਿਆ ਗੱਲਾਂ ਠੀਕ ਨਹੀਂ ਹੈਗੀਆਂ ਗੱਲਾਂ ਤੇਰੀਆਂ ਠੀਕ ਗੱਲਾਂ ਠੀਕ ਨੀ ਗੱਲਾਂ ਠੀਕ ਨੀ ਉਹ ਬੁਲਾ ਲਾ ਉਹਨੂੰ ਸਰਦਾਰ ਨੂੰ ਨਹੀਂ ਤੇ ਮੈਨੂੰ ਕਹਿੰਦੇ ਤਾਂ ਉਹ ਵੀ ਨਾ ਕਰਦਾ ਤਾਂ ਇੱਕ ਮਿੰਟ ਮੈਂ ਬੁਲਾ ਲੈਂਦਾ ਤੇਰੇ ਕੋਲ ਬਹੁਤ ਕਰਦਾ ਬਾਈ ਕਣਕਾਂ ਕਾਲੀਆਂ ਹੋਈਆਂ ਪਈਆਂ ਇੰਨਾ ਕਰਦਾ ਚੜ੍ਹਦਾ ਬੁਰਾ ਹਾਲ ਹੋ ਗਿਆ ਜੇ ਰੁਮਾਲ ਨਾ ਬੰਨਿਆ ਹੋਵੇ ਬਾਈ ਬੜਾ ਔਖਾ ਹੈ ਕਿਆ ਬਾਤ ਦੇਖੋ ਧਾਨਾ ਨਹੀਂ ਤਾਂ ਚਲਾਈ ਜਾਂਦਾ ਬਾਈ ਕਰਦੇ ਚੌਣੀ ਬੜੀ ਔਖੇ ਪੱਖਿਆਂ ਦਾ ਬਹੁਤਾ ਫਾਇਦਾ ਨਹੀਂ ਹੈਗਾ ਬਾਈ ਇੰਨਾ ਜ਼ਿਆਦਾ ਪਰ ਇਹਨੂੰ ਇਹ ਕਹਿੰਦਾ ਹੈਗਾ ਇਹ ਪਰ ਇਹਨੇ ਤਾਂ ਹੁਣ ਕਹਿਣਾ ਹੀ ਆ ਪਰ ਇੰਨਾ ਬਹੁਤਾ ਉਹ ਨਹੀਂ ਹੈਗਾ
ਦਾ ਤਾਰਾਂ ਤੂਰਾਂ ਕਰਕੇ ਸਾਡੇ ਕੱਟ ਕੁੱਟ ਦੇ ਗਾਟ ਕਾਫੀ ਲੱਗਦੇ ਆ ਖੰਭੇ ਖੰਭੇ ਨੇੜੇ ਹੋਣ ਦੇ ਅੱਕਣਾ ਟਾਈਮ ਲਵਾ ਦਿੰਦਾ ਖੰਭਾ ਖੱਭੇ ਆ ਗਿਆ ਦੇਖੋ ਇੱਧਰ ਮੋਟਰ ਆ ਰਾਜੀ ਬਾਈ ਦੀ ਮੱਕੀ ਚੱਲਦੇ ਆ ਸਵਰਾਜ ਕਰਤਾਰ ਲਓ ਜੀ ਬਾਈ ਉੱਥੇ ਤੋਂ ਆ ਗਿਆ ਸੀ ਅਤੇ ਮੱਝ ਰਹਿੰਦੀ ਇੱਕ ਚੋਣੇ ਨੂੰ ਉਹ ਚੋਈ ਉਹ ਤੋਂ ਬਾਅਦ ਬਿੱਡ ਕਸਰ ਲਿਆ ਚਾਲੇ ਦਾ ਬਿੱਡ ਲਾਇਆ ਹਾਲੇ ਵੀ ਥੋੜ੍ਹੇ ਨਟ ਰਹਿ ਗਿਆ ਆਹ ਕਰਨਾ ਨਾ ਹੀ ਲੱਗਿਆ ਹੋਇਆ ਇੱਕ ਦੋ ਮਗਾ ਕੱਸਦੇ ਅਤੇ ਹੁਣ ਰਾਜੀ ਬਾਈ ਦੇ ਚੱਲਦੀ ਹੈ ਬਾਈ ਉਹ ਪਰਾਂ ਫਿਰ ਕਿਸੇ ਦਿਨ ਲੱਗੇ ਹੋਏ ਅਤੇ ਰਹਿ ਕੇ ਅੱਜ ਬਾਈ ਦਾ ਉੱਧਰ ਸਮਾਪਤੀ ਕਰਕੇ ਆਉਣੀ ਹੈ ਉਹ ਤੋਂ ਬਾਅਦ ਆਏ ਤੋਂ ਬਾਅਦ ਫਿਰ ਰਾਤ ਨੂੰ ਉਹਦੀ ਵਾਟਰ ਬਾਡੀ ਬਦਲਣੀ ਆ ਅਤੇ ਮੈਂ ਤੁਹਾਨੂੰ ਕੋਈ ਗੱਲ ਦੱਸਣੀ ਸੀ ਬਾਈ ਜਿਹੜਾ ਸਿਲੰਡਰ ਮੈਂ ਇਹਦੇ ਪਰ ਰੱਖਿਆ ਤਾ ਇਹ ਅਸੀਂ ਨਾ ਕੱਲ੍ਹ ਮੈਂ ਕਿਹਾ ਉਹ ਕਹਿੰਦੇ ਵੀ ਦੇਖੋ ਤਾਂ ਸਹੀ ਚਲਾ ਕੇ ਇਹ ਚੱਲੇ ਹੀ ਨਹੀਂ ਖਾਲੀ ਹੋ ਗਿਆ ਬਾਈ ਇਹਦੀ ਗੈਸ ਉੱਡ ਗਈ ਇਹਨੂੰ ਜਦ ਵੀ ਲਿਆਉਣਾ ਚਲਾ ਕੇ ਨਹੀਂ ਦੇਖਣਾ ਹੈਗਾ ਮੈਂ ਜਿਵੇਂ ਲਿਆ ਨਾ ਜਦੋਂ ਕਦੇ ਲੋਡ ਪਵੇ ਵੈਸੇ ਤਾਂ ਰੱਬ ਕਰੇ ਨਾ ਪਵੇ ਤਾਂ ਜਦੇ ਹੀ ਚਲਾਵੇ ਨਹੀਂ ਤਾਂ ਖਾਲੀ ਹੋ ਗਿਆ ਹੁਣ ਬੜੀ ਮਸ਼ੀਨ ਵਾਲਾ ਚੈੱਕ ਕਰਿਆ ਮੈਂ ਕਿਹਾ ਫਿਰ ਐਂ ਤਾਂ ਇੱਕ ਵਾਰ ਉਹ ਵੀ ਚੈੱਕ ਕਰਕੇ ਦੇਖਿਆ ਤਾ ਜਦੋਂ ਉਹ ਚਲਾ ਕੇ ਦੇਖਿਆ ਉਹ ਵੀ ਖਾਲੀ ਪਿਆ ਅਤੇ ਹੁਣ ਮੈਂ ਲੈ ਕੇ ਚੱਲਿਆ ਇਹਨਾਂ ਨੂੰ ਉੱਥੇ ਮੁੰਡਾ ਕਹਿੰਦਾ ਪੰਪ ਵਾਲਾ ਕਹਿੰਦਾ ਉਰੇ ਰੱਖ ਦੇ ਵੀ ਬੰਦਾ ਮੇਰੇ ਕੋਲ ਆਉਂਦਾ ਮੈਂ ਭਰਾ ਦੂੰਗਾ ਉੱਥੇ ਗਗਨ ਕੋਲ ਰੱਖ ਕੇ ਆਊਂਗਾ ਹੁਣ ਦੇਖਦੇ ਹਾਂ ਕਿੰਨੇ ਦੇ ਭਰਦੇ ਹਾਂ ਪਹਿਲਾਂ ਲਿਆ ਸੀ ਮੈਂ ਇਹ 1000 ਰੁਪਏ 'ਚ ਦੋਨੋਂ ਅਤੇ ਵੈਸੇ ਹੀ ਚੈੱਕ ਕਰਨ ਦੇ ਬਹਾਨੇ ਵੀ ਦੇਖਾਂ ਵੀ ਚੱਲਦੇ ਵੀ ਹੈ ਮੈਂ ਕੱਢ ਕੇ ਚਲਾ ਕੇ ਦੇਖ ਲਿਆ ਥੋੜ੍ਹਾ ਜਿਹਾ ਚਲਾਇਆ ਮੁੜ ਕੇ ਫਿਰ ਮੈਂ ਬੰਦੇ ਪੁੱਛਿਆ ਉਹਨੂੰ ਉਹ ਕਹਿੰਦਾ ਬਾਈ ਜੇ ਇੱਕ ਵਾਰ ਖੁੱਲ੍ਹ ਗਿਆ ਇਹ ਆ ਤੁਸੀਂ ਚਲਾ ਦਿਆ ਇਹਨੇ ਆਪੇ ਖਾਲੀ ਹੋ ਜਾਣਾ ਗੈਸ ਇਹਦੀ ਨਿਕਲ ਜਾਂਦੀ ਆ ਹੌਲੀ ਹੌਲੀ ਆਪੇ ਲੀਕ ਹੋ ਜਾਣਾ ਫਿਰ ਨਹੀਂ ਕੰਮ ਆਉਂਦਾ ਹੈਗਾ ਇਹਦਾ ਕੁਦਰਦੇ ਅਸੀਂ ਖੋਲ੍ਹ ਲਿਆ ਅਤੇ ਹੁਣ ਆ ਵੀ ਦੇ ਕੇ ਆਉਂਦਾ ਉਹਨੂੰ ਉੱਥੇ ਅਤੇ ਜਾਂਦਾ ਹੈ ਮਸ਼ੀਨ ਕੋਲ ਚਲੋ ਠੀਕ ਹੈ ਜੀ ਆਹ ਵੀਡੀਓ ਅੱਛੀ ਲੱਗਦੀ ਮਿਲਦਾ ਕਿਸੇ ਹੋਰ ਵੀਡੀਓ 'ਚ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।